ਵੇਖੋ ਜਿੱਦਾਂ ਆਪਾਂ ਸਾਰਿਆਂ ਨੂੰ ਹੀ ਖਬਰ ਮਿਲੀ ਆ, ਮੈਨੂੰ ਵੀ ਫੋਨ ਆਇਆ ਆ ਚੋਹਲੇ ਸਾਹਿਬ ਤੋਂ ਵੀ ਗੁਰਪ੍ਰੀਤ ਸਿੰਘ ਦੇ ਫਾਟਕ 'ਤੇ ਗੋਲੀਆਂ ਮਾਰ ਗਏ ਆ, ਅਤੇ ਚਲੋ ਅਸੀਂ ਉੱਥੋਂ ਮਤਲਬ ਵੀ ਨਿਕਲ ਕੇ ਭੱਜ ਕੇ ਗਏ ਹਾਂ। ਮੇਰੇ ਉੱਥੇ ਪਹੁੰਚੇ ਤੱਕ ਮਤਲਬ ਵੀ ਪੁਲਿਸ ਨੇ ਬੋਡੀ ਆਪਣੀ ਕਸਟਡੀ 'ਚ ਲੈ ਲਈ, ਅਤੇ ਮੈਨੂੰ ਪਤਾ ਲੱਗਾ ਵੀ ਤਰਨ ਤਾਰਨ ਲੈ ਕੇ ਆਏ ਅਤੇ ਮੈਂ ਇੱਥੇ ਆ ਗਿਆ। ਇਹ ਕੋਈ ਹੁਣ ਕਹਿ ਨਹੀਂ ਸਕਦੇ, ਜੇ ਹੌਲੀ ਹੌਲੀ ਗੱਲ ਕਲੀਅਰ ਹੋਊਗੀ। ਦੁਸ਼ਮਣੀ ਦਾ ਇਹਦਾ ਕੋਈ ਕੰਮ ਹੀ ਅਤੇ ਕੋਈ ਅਚਨਚੇਤ ਵਾਲੀ ਗੱਲ ਨਹੀਂ ਆ, ਪ੍ਰੀ ਪਲੈਨਿੰਗ ਵਾਲੀ ਗੱਲ ਆ। ਕੋਈ ਪ੍ਰੀ ਪਲੈਨ ਬਣਾ ਕੇ ਅਤੇ ਕਹਿੰਦੇ ਨੇ ਕਿ ਸਵਿਫਟ ਕਾਰ 'ਤੇ ਸਵਾਰ ਜਿਹੜੇ ਸੀ ਤਿੰਨ ਸ਼ੂਟਰ ਸੀ ਜਿਹਨਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ, ਕੀ ਉਹ ਪ੍ਰੀ ਪਲੈਨ ਹੀ ਸਾਰਾ ਲੱਗਦਾ ਕਿਉਂਕਿ ਫਾਟਕ ਬੰਦ ਸੀ ਉਦੋਂ? ਇਹਦੀ ਵੇਖੋ ਕੋਈ ਹੋ ਸਕਦਾ ਕਿਸੇ ਨੇ ਇਹਦੀ ਰੈਕੀ ਕੀਤੀ ਹੋਵੇ ਵੀ ਇੱਥੇ ਜਾ ਰਿਹਾ ਇੰਨੇ ਵਜੇ ਨਿਕਲ ਰਿਹਾ, ਕਿਉਂਕਿ ਉਹ ਬਾਬਾ ਲਾਲ ਸਿੰਘ ਜੀ ਦੱਸਣ ਡੇ ਵੀ ਸਾਡੇ ਕੋਲੋਂ 1 ਘੰਟਾ ਪਹਿਲਾਂ ਉੱਥੋਂ ਤੁਰਿਆ ਆ, ਅਤੇ ਉੱਥੇ ਜਲ ਪਾਣੀ ਛੱਕ ਕੇ ਅਤੇ ਉਹਨਾਂ ਡੱਕਿਆ ਵੀ ਆ ਵੀ ਜਿਵੇਂ ਸਮੇਂ ਦੀ ਖੇਡ ਸੀ, ਅਤੇ ਉੱਥੋਂ ਨਿਕਲ ਆਇਆ ਆ, ਅਤੇ ਉਦੋਂ ਹੀ ਸ਼ਾਇਦ ਕੋਈ ਬੰਦੇ ਮਗਰ ਲੱਗੇ ਆ, ਅਤੇ ਜਿਹੜਾ ਫਤਿਹਾਬਾਦ ਫਾਟਕ ਬੰਦ ਸੀ ਅਤੇ ਉੱਥੇ ਜਿਹੜਾ ਮੌਕੇ 'ਤੇ ਮੌਤ ਹੋ ਗਈ। ਗੁਰਪ੍ਰੀਤ ਗੋਪੀ ਦਾ ਕਿਸ ਤਰੀਕੇ ਨਾਲ ਸੰਭਾਅ ਸੀ? ਤੁਹਾਡੇ ਨਾਲ ਵੀ ਕਾਫੀ ਟਾਈਮ ਰਿਹਾ ਕਿਉਂਕਿ ਆਪਾਂ ਵੇਖਦੇ ਰਹੇ ਹਾਂ ਉਹਨੂੰ, ਤੁਹਾਡੇ ਨਾਲ ਵੀ ਵੇਖਦੇ ਰਹੇ, ਕਿਸ ਤਰੀਕੇ ਦਾ ਨਾਲ ਰਹਿੰਦਾ ਸੀ, ਔਰ ਕੋਈ ਅੱਗੇ 'ਤੇ ਲੱਗਦਾ ਕੋਈ ਫੋਨ ਵਗੈਰਾ ਵੀ ਜਾਂ ਕਿਤੇ ਮੁੰਡੇ ਨੂੰ ਆਉਂਦੀ ਜਾਂ ਗੁਰਪ੍ਰੀਤ ਗੋਪੀ ਨੂੰ ਕਦੀ ਆਇਆ? ਵੇਖੋ ਜੀ, ਬਹੁਤ ਹੀ ਵਧੀਆ ਸੀ ਗੁਰਪ੍ਰੀਤ ਦਾ ਸੁਭਾਅ ਮੇਰੇ ਨਾਲ ਪਿਛਲੇ ਜਦੋਂ 2015 ਤੋਂ ਮੋਰਚੇ ਲੱਗੇ ਸੀ ਮਹਾਰਾਜ ਦੀ ਬੇਦਬੀ ਦੇ ਲਈ, ਉਦੋਂ ਤੋਂ ਮੇਰੇ ਨਾਲ ਇਹਦੀ ਸਾਂਝ ਪਈ ਸੀ ਹਰੀ ਘੈਡ 'ਤੇ, ਅਤੇ ਜੇ ਮੇਰੇ ਨਾਲ ਤਾਂ ਬਹੁਤ ਵਧੀਆ ਪ੍ਰੇਮ ਸੀ, ਪੂਰਾ ਸਤਿਕਾਰ ਕਰਦਾ ਸੀ ਆਪਣਾ ਅਤੇ ਬਾਣੀ ਨੂੰ ਮੰਨਣ ਵਾਲਾ ਸੀ ਸਿੰਘ, ਅਤੇ ਸਾਰਾ ਕੁਝ ਵਧੀਆ ਸੀ। ਕੋਈ ਇਹੋ ਜਿਹੀ ਦੁਸ਼ਮਣੀ ਵਾਲੀ ਤਾਂ ਗੱਲ ਉਹਦੀ ਜਾਪਦੀ ਨਹੀਂ, ਬਾਕੀ ਕੀ ਕਹਿ ਸਕਦੇ ਹਾਂ ਜਿਹੜੀਆਂ ਕੁਝ ਗੱਲਾਂ ਬਾਤਾਂ। ਹੁਣ ਪਰਿਵਾਰ 'ਚ ਉਹਦੇ ਕਿੰਨੇ ਕੁ ਬੱਚੇ ਨੇ ਗੁਰਪ੍ਰੀਤ ਗੋਪੀ? ਵੇਖੋ ਜੀ, ਇੱਕ ਬੇਟਾ ਹੈ ਉਹਦਾ, 13-14 ਸਾਲ ਦੀ ਉਮਰ ਹੈ ਉਹਦੀ, ਅਤੇ ਇੱਕ ਹੋ ਸਕਦਾ ਗੁੜੀਆ ਹੋਵੇ। ਮੈਂ ਬੇਟੇ ਨੂੰ ਜ਼ਿਆਦਾ ਮਿਲਿਆ, ਉਹਦਾ ਆਉਂਦਾ ਰਹਿੰਦਾ ਬੇਟਾ, ਉਹ ਵੀ ਮੁੰਡਾ ਬੜਾ ਗੁਰੂ ਘਰ ਨਾਲ ਰਿਲੇਟਡ ਆ, ਗੁਰਦੁਆਰੇ ਸੇਵਾ ਕਰਦਾ ਆ, ਅਤੇ ਪਰਿਵਾਰ ਵੀ ਸਾਰਾ ਵਧੀਆ ਆ। ਮੈਂ ਪੁਲਿਸ ਤੋਂ ਆਪਾਂ ਕੀ ਕੀ ਮੰਗ ਕਰਦੇ ਹਾਂ ਕਿ ਪੁਲਿਸ ਨੂੰ ਕੀ ਕਰਨਾ, ਜਿਵੇਂ ਆਪਾਂ ਕਹਿ ਸਕਦੇ ਕੀ ਮੰਗ ਕਰਦੇ ਹੋ ਆਪਾਂ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ? ਵੇਖੋ ਜੀ, MLA ਸਾਹਿਬ ਨਾਲ ਮੇਰੀ ਗੱਲ ਹੋਈ ਸੀ, ਪੁਲਿਸ ਕਰਨ ਦੀ ਆਪਣੀ ਕਾਰਵਾਈ, ਬੰਦੇ ਟਰੇਸ ਕਰ ਰਹੀ ਆ, ਸ਼ਾਮ ਤੱਕ ਕੱਲ੍ਹ ਤੱਕ ਆਪਾਂ ਨੂੰ ਪੂਰਾ ਕਲੀਅਰਲੀ ਹੋ ਜੂਗਾ ਵੀ ਕਿਹੜੇ ਬੰਦੇ ਕਰਾਉਣ ਵਾਲੇ ਆ ਅਤੇ ਕਿਹੜੇ ਬੰਦੇ ਕਰਨ ਵਾਲੇ ਆ, ਅਤੇ ਸ਼ਾਮਾਂ ਤੱਕ ਆਪਾਂ ਨੂੰ ਕਲੀਅਰ ਹੋ ਜੂਗਾ। ਬਿਲਕੁਲ, ਇਹ ਬਾਬਾ ਜੀ ਨੇ, ਔਰ ਗੁਰਪ੍ਰੀਤ ਗੋਪੀ ਜਿਹੜਾ ਸੀ ਇਹਨਾਂ ਨਾਲ ਕਾਫੀ ਟਾਈਮ ਰਹਿੰਦਾ ਸੀ, ਨਾਲ ਰਹਿੰਦਾ ਸੀ, ਔਰ ਆਮ ਆਦਮੀ ਪਾਰਟੀ ਦਾ ਆਗੂ ਵੀ ਸੀ। ਫਿਲਹਾਲ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ, ਔਰ CI ਦੀਆਂ ਟੀਮਾਂ ਨੂੰ ਲੈ ਕੇ CCTV ਕੈਮਰੇ ਤੱਕ ਜਿਹੜੇ ਨੇ ਖੰਗਾਲੇ ਜਾ ਰਹੇ ਨੇ। ਤਰਨ ਤਾਰਨ ਤੋਂ ਸਿਧਾਰਥ ਲੋੜਾ, News 18। ਵੇਖੋ ਜਿੱਦਾਂ ਆਪਾਂ ਸਾਰਿਆਂ ਨੂੰ ਹੀ ਖਬਰ ਮਿਲੀ ਆ, ਮੈਨੂੰ ਵੀ ਫੋਨ ਆਇਆ ਆ ਚੋਹਲੇ ਸਾਹਿਬ ਤੋਂ ਵੀ ਗੁਰਪ੍ਰੀਤ ਸਿੰਘ ਦੇ ਫਾਟਕ 'ਤੇ ਗੋਲੀਆਂ ਮਾਰ ਗਏ ਆ, ਅਤੇ ਚਲੋ ਅਸੀਂ ਉੱਥੋਂ ਮਤਲਬ ਵੀ ਨਿਕਲ ਕੇ ਭੱਜ ਕੇ ਗਏ ਹਾਂ। ਮੇਰੇ ਉੱਥੇ ਪਹੁੰਚੇ ਤੱਕ ਮਤਲਬ ਵੀ ਪੁਲਿਸ ਨੇ ਬੋਡੀ ਆਪਣੀ ਕਸਟਡੀ 'ਚ ਲੈ ਲਈ ਸੀ, ਅਤੇ ਮੈਨੂੰ ਪਤਾ ਲੱਗਾ ਵੀ ਤਰਨ ਤਾਰਨ ਲੈ ਕੇ ਆਏ ਅਤੇ ਮੈਂ ਇੱਥੇ ਆ ਗਿਆ। ਇਹ ਕੋਈ ਹੁਣ ਕਹਿ ਨਹੀਂ ਸਕਦੇ, ਜੇ ਹੌਲੀ ਹੌਲੀ ਗੱਲ ਕਲੀਅਰ ਹੋਊਗੀ। ਦੁਸ਼ਮਣੀ ਦਾ ਇਹਦਾ ਕੋਈ ਕੰਮ ਹੀ ਅਤੇ ਕੋਈ ਅਚਨਚੇਤ ਵਾਲੀ ਗੱਲ ਨਹੀਂ ਆ, ਪ੍ਰੀ ਪਲੈਨਿੰਗ ਵਾਲੀ ਗੱਲ ਆ। ਕੋਈ ਪ੍ਰੀ ਪਲੈਨ ਬਣਾ ਕੇ ਅਤੇ ਕਹਿੰਦੇ ਨੇ ਕਿ ਸਵਿਫਟ ਕਾਰ 'ਤੇ ਸਵਾਰ ਜਿਹੜੇ ਸੀ ਤਿੰਨ ਸ਼ੂਟਰ ਸੀ ਜਿਹਨਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ, ਕੀ ਉਹ ਪ੍ਰੀ ਪਲੈਨ ਹੀ ਸਾਰਾ ਲੱਗਦਾ ਕਿਉਂਕਿ ਫਾਟਕ ਬੰਦ ਸੀ ਉਦੋਂ? ਇਹਦੀ ਵੇਖੋ ਕੋਈ ਹੋ ਸਕਦਾ ਕਿਸੇ ਨੇ ਇਹਦੀ ਰੈਕੀ ਕੀਤੀ ਹੋਵੇ ਵੀ ਇੱਥੇ ਜਾ ਰਿਹਾ ਇੰਨੇ ਵਜੇ ਨਿਕਲ ਰਿਹਾ, ਕਿਉਂਕਿ ਉਹ ਬਾਬਾ ਲਾਲ ਸਿੰਘ ਜੀ ਦੱਸਣ ਡੇ ਵੀ ਸਾਡੇ ਕੋਲੋਂ 1 ਘੰਟਾ ਪਹਿਲਾਂ ਉੱਥੋਂ ਤੁਰਿਆ ਆ, ਅਤੇ ਉੱਥੇ ਜਲ ਪਾਣੀ ਛੱਕ ਕੇ ਅਤੇ ਉਹਨਾਂ ਡੱਕਿਆ ਵੀ ਆ ਵੀ ਜਿਵੇਂ ਸਮੇਂ ਦੀ ਖੇਡ ਸੀ, ਅਤੇ ਉੱਥੋਂ ਨਿਕਲ ਆਇਆ ਆ,
ਤੇ ਉਦੋਂ ਹੀ ਸ਼ਾਇਦ ਕੋਈ ਬੰਦੇ ਮਗਰ ਲੱਗੇ ਆ ਤੇ ਜਿਹੜਾ ਫਤਿਹਾਬਾਦ ਫਾਟਕ ਬੰਦ ਸੀ ਤੇ ਉੱਥੇ ਜਿਹੜਾ ਮੌਕੇ ਤੇ ਮੌਤ ਹੋ ਗਈ। ਗੁਰਪ੍ਰੀਤ ਗੋਪੀ ਦਾ ਕਿਸ ਤਰੀਕੇ ਨਾਲ ਸੁਭਾਅ ਸੀ ਤੁਹਾਡੇ ਨਾਲ ਵੀ ਕਾਫੀ ਟਾਈਮ ਰਿਹਾ ਕਿਉਂਕਿ ਆਪਾਂ ਵੇਖਦੇ ਰਹੇ ਉਸਨੂੰ, ਤੁਹਾਡੇ ਨਾਲ ਵੀ ਵੇਖਦੇ ਰਹੇ, ਕਿਸ ਤਰੀਕੇ ਦਾ ਨਾਲ ਰਹਿੰਦਾ ਸੀ ਔਰ ਕੋਈ ਕਿਤੇ ਲਾਕਡਾਊਨ ਦਾ ਕੋਈ ਫੋਨ ਵਗੈਰਾ ਵੀ ਜਾਂ ਕਿਤੇ ਮੁੰਡੇ ਨੂੰ ਆਉਂਦੀਆਂ ਗੁਰਪ੍ਰੀਤ ਗੋਪੀ ਨੂੰ ਕਦੀ ਆਇਆ? ਵੇਖੋ ਜੀ, ਬਹੁਤ ਹੀ ਵਧੀਆ ਸੀ ਗੁਰਪ੍ਰੀਤ ਦਾ ਸੁਭਾਅ ਮੇਰੇ ਨਾਲ ਪਿਛਲੇ ਜਦੋਂ 2015 ਤੋਂ ਮੋਰਚੇ ਲੱਗੇ ਸੀ ਮਹਾਰਾਜ ਦੀ ਬੇਦਬੀ ਦੇ ਲਈ, ਉਦੋਂ ਤੋਂ ਮੇਰੇ ਨਾਲ ਇਹਦੀ ਸਾਂਝ ਪਈ ਸੀ ਹਰੀ ਘੈਟ 'ਤੇ। ਅਤੇ ਜੇ ਮੇਰੇ ਨਾਲ ਤਾਂ ਬਹੁਤ ਵਧੀਆ ਪ੍ਰੇਮ ਸੀ, ਪੂਰਾ ਸਤਿਕਾਰ ਕਰਦਾ ਸੀ ਆਪਣਾ ਅਤੇ ਬਾਣੀ ਨੂੰ ਮੰਨਣ ਵਾਲਾ ਸੀ ਸਿੰਘ, ਅਤੇ ਸਾਰਾ ਕੁਛ ਵਧੀਆ ਸੀ, ਕੋਈ ਇਹੋ ਜਿਹੀ ਦੁਸ਼ਮਣੀ ਵਾਲੀ ਤਾਂ ਗੱਲ ਉਹਦੀ ਜਾਪਦੀ ਨਹੀਂ। ਬਾਕੀ ਕੀ ਕਹਿ ਸਕਦੇ ਹਾਂ ਜਿਹੜੀਆਂ ਕੁਝ ਗੱਲਾਂ ਬਾਤਾਂ। ਹੁਣ ਪਰਿਵਾਰ 'ਚ ਉਹਦੇ ਕਿੰਨੇ ਕੁ ਬੱਚੇ ਨੇ ਗੁਰਪ੍ਰੀਤ ਗੋਪੀ? ਵੇਖੋ ਜੀ, ਇੱਕ ਬੇਟਾ ਹੈ ਉਹਦਾ, 13-14 ਸਾਲ ਦੀ ਉਮਰ ਹੈ ਉਹਦੀ, ਅਤੇ ਇੱਕ ਹੋ ਸਕਦਾ ਗੁੜੀਆ ਹੋਵੇ। ਮੈਂ ਬੇਟੇ ਨੂੰ ਜ਼ਿਆਦਾ ਮਿਲਿਆ, ਉਹਦਾ ਆਉਂਦਾ ਰਹਿੰਦਾ ਬੇਟਾ, ਉਹ ਵੀ ਮੁੰਡਾ ਬੜਾ ਗੁਰੂ ਘਰ ਨਾਲ ਰਿਲੇਟਡ ਆ, ਗੁਰਦੁਆਰੇ ਸੇਵਾ ਕਰਦਾ ਆ, ਅਤੇ ਪਰਿਵਾਰ ਵੀ ਸਾਰਾ ਵਧੀਆ ਆ। ਮੈਂ ਵੇਖੋ ਜੀ, MLA ਸਾਹਿਬ ਨਾਲ ਮੇਰੀ ਗੱਲ ਹੋਈ ਸੀ, ਪੁਲਿਸ ਕਰਨ ਦੀ ਆਪਣੀ ਕਾਰਵਾਈ, ਬੰਦੇ ਟਰੇਸ ਕਰ ਰਹੀ ਆ, ਸ਼ਾਮ ਤੱਕ ਕੱਲ੍ਹ ਤੱਕ ਆਪਾਂ ਨੂੰ ਪੂਰਾ ਕਲੀਅਰਲੀ ਹੋ ਜੂਗਾ ਵੀ ਕਿਹੜੇ ਬੰਦੇ ਕਰਾਉਣ ਵਾਲੇ ਆ ਅਤੇ ਕਿਹੜੇ ਬੰਦੇ ਕਰਨ ਵਾਲੇ ਆ, ਅਤੇ ਸ਼ਾਮਾਂ ਤੱਕ ਆਪਾਂ ਨੂੰ ਕਲੀਅਰ ਹੋ ਜੂਗਾ। ਬਿਲਕੁਲ ਬਾਬਾ ਜੀ, ਔਰ ਗੁਰਪ੍ਰੀਤ ਗੋਪੀ ਜਿਹੜਾ ਸੀ ਨਾਲ ਕਾਫੀ ਟਾਈਮ ਰਹਿੰਦਾ ਸੀ, ਨਾਲ ਰਹਿੰਦਾ ਸੀ ਔਰ ਆਮ ਆਦਮੀ ਪਾਰਟੀ ਦਾ ਆਗੂ ਵੀ ਸੀ। ਫਿਲਹਾਲ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ CAI ਦੀਆਂ ਟੀਮਾਂ ਨੂੰ ਲੈ ਕੇ CCTV ਕੈਮਰੇ ਤੱਕ ਜਿਹੜੇ ਨੇ ਖੰਗਾਲੇ ਜਾ ਰਹੇ ਨੇ। ਤਰਨਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।